ਅੱਜ ਦੀ ਵੀਡੀਓ ਵਿੱਚ ਮੈਂ ਕੁਦਰਤ ਦੇ ਸੁੰਦਰ ਨਜ਼ਾਰੇ, ਰੁੱਖਾਂ ਅਤੇ ਫੁੱਲਾਂ ਦੀ ਖੂਬਸੂਰਤੀ ਨੂੰ ਫਿਲਮਬੰਦ ਕੀਤਾ ਹੈ। ਇਹ ਸਿਰਫ ਇੱਕ ਨਜ਼ਾਰਾ ਹੀ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ ਕਿ ਸਾਨੂੰ ਰੁੱਖ ਲਾਉਣੇ ਚਾਹੀਦੇ ਹਨ ਅਤੇ ਪੌਦਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਰੁੱਖ ਸਾਨੂੰ ਸਿਰਫ ਛਾਂ ਅਤੇ ਹਵਾ ਨਹੀਂ ਦਿੰਦੇ, ਸਗੋਂ ਸਾਡੀ ਧਰਤੀ ਦਾ ਜੀਵਨ ਹਨ। ਜਿਵੇਂ ਕਿ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ, ਰੁੱਖ ਅਤੇ ਫੁੱਲ ਸਿਰਫ ਸੋਹਣੇ ਦਿਸਦੇ ਹੀ ਨਹੀਂ, ਸਗੋਂ ਉਹ ਸਾਨੂੰ ਸੁਤੰਤਰ ਹਵਾ, ਸਫਾਈ ਅਤੇ ਪ੍ਰਕਿਰਤਿਕ ਨਾਲ ਜੁੜਨ ਦਾ ਮੌਕਾ ਵੀ ਦਿੰਦੇ ਹਨ। ਇਸ ਲਈ ਸਾਨੂੰ ਸਿਰਫ ਇਹਨਾਂ ਦੇਖਣ ਵਿੱਚ ਮਜ਼ਾ ਨਹੀਂ ਲੈਣਾ, ਸਗੋਂ ਸਾਨੂੰ ਹਰ ਕਦਮ ਅਤੇ ਜ਼ਿੰਮੇਵਾਰੀ ਲੈ ਕੇ ਹੋਰ ਰੁੱਖ ਲਾਉਣੇ ਚਾਹੀਦੇ ਹਨ ਅਤੇ ਮੌਜੂਦਾ ਰੁੱਖਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਰੁੱਖਾਂ ਦੀ ਸੇਵਾ ਕਰੀਏ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਵੀ ਇਸ ਸੁੰਦਰ ਕੁਦਰਤ ਦਾ ਆਨੰਦ ਲੈਣ ਦਾ ਮੌਕਾ ਮਿਲ ਸਕੇ। ਰੁੱਖ ਸਾਡੇ ਵਾਤਾਵਰਣ ਨੂੰ ਸਾਫ਼ ਰੱਖਦੇ ਹਨ ਅਤੇ ਇਹ ਸੱਚੀ ਜ਼ਿੰਦਗੀ ਦੀ ਤਾਕਤ ਹਨ। ਇਸ ਵੀਡੀਓ ਵਿੱਚ ਦਰਸਾਇਆ ਗਿਆ ਹੈ ਕਿ ਕੁਦਰਤ ਨਾਲ ਪਿਆਰ ਕਰਨਾ ਅਤੇ ਇਸ ਦੀ ਸੁਰੱਖਿਆ ਕਰਨਾ ਕਿਵੇਂ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ। ਸਿਰਫ ਰੁੱਖਾਂ ਦੀ ਸਾਂਭ ਸਾਡੇ ਭਵਿੱਖ ਲਈ ਸੰਦੇਸ਼ ਹੈ। ਇਸ ਲਈ ਆਓ ਰੁੱਖ ਲਗਾਈਏ, ਪੌਦਿਆਂ ਦੀ ਸੰਭਾਲ ਕਰੀਏ ਅਤੇ ਕੁਦਰਤ ਨਾਲ ਜੁੜੀਏ ਤਾਂ ਜੋ ਅਸੀਂ ਇਸ ਧਰਤੀ ਨੂੰ ਖੂਬਸੂਰਤ ਅਤੇ ਹਰੇ ਭਰੇ ਰੱਖ ਸਕੀਏ। ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜਿਹੜੇ ਚੈਨਲ 'ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਕਰ ਦਿਓ ਅਤੇ ਵੱਧ ਤੋਂ ਵੱਧ ਕਮੈਂਟ ਕਰੋ। ਧੰਨਵਾਦ ਜੀ ਸਾਰਿਆਂ ਦਾ।